ਸ਼ਾਦੀਆਂ ਦਾ ਔਰ ਹੋਟਲ ਦਾ ਖਾਣਾ ਖਾ ਖਾ ਕੇ ਤੁਹਾਡੇ ਭਰਾ ਦਾ ਸੀਨਾ ਔਰ ਰੰਗ ਸਾੜਦਾ ਪਿਆ। ਇਸ ਲਈ ਮੈਂ ਔਰ ਸ਼ੇਖ ਸਾਹਿਬ ਨੇ ਫੈਸਲਾ ਕੀਤਾ ਕਿ ਅੱਜ ਪਹਿਲੇ ਤਰ੍ਹਾਂ ਕੁਕਿੰਗ ਖੁਦ ਕਰਾਂਗੇ ਔਰ ਕੋਈ ਅੱਛੀ ਜੀ ਚੀਜ਼ ਆਪਣੇ ਹੱਥਾਂ ਨਾਲ ਬਣਾ ਕੇ ਖਾਵਾਂਗੇ। ਖੈਰ ਸ਼ੇਖ ਸਾਹਿਬ ਦੇ ਘਰੋਂ ਕੜਾਈ ਔਰ ਬਾਕੀ ਬਰਤਨ ਲਏ, ਦੁਕਾਨ ਤੋਂ ਜਾ ਕੇ ਮਸਾਲੇ ਔਰ ਸਬਜ਼ੀਆਂ ਵਗੈਰਾ ਖਰੀਦੀਆਂ ਔਰ ਚਲੇ ਗਏ ਗੋਸ਼ਤ ਵਾਲੀ ਦੁਕਾਨ, ਜਿੱਥੇ ਜਾ ਕੇ ਸਾਨੂੰ ਪਤਾ ਚੱਲਿਆ ਕਿ ਅੱਜ ਬੁੱਧ ਦਾ ਦਿਨ ਔਰ ਮੰਗਲ ਬੁੱਧ ਨੂੰ ਸਾਡੇ ਇਲਾਕੇ 'ਚ ਗੋਸ਼ਤ ਵਾਲਿਆਂ ਦੀ ਛੁੱਟੀ ਹੁੰਦੀ ਹੈ। ਤੋ ਬਗੈਰ ਟਾਈਮ ਜ਼ਾਇਆ ਕਰਤੇ ਹੋਏ ਅੱਜ ਕਾ ਵਲੌਗ ਕਰਤੇ ਹੈ ਖਤਮ। ਦਿਲ ਤੇ ਮੇਰਾ ਇਹੀ ਕਰ ਰਿਹਾ ਸੀ ਲੇਕਿਨ ਟਮਾਟਰ ਪਿਆਜ਼ ਖਰਾਬ ਹੋ ਜਾਣੇ, ਇਸ ਵਜ੍ਹਾ ਤੋਂ ਅਸੀਂ ਸੋਚਿਆ ਕਿ ਬੀਫ ਔਰ ਮਟਨ ਤੇ ਨਹੀਂ ਮਿਲਿਆ, ਅੱਜ ਚਿਕਨ ਨਾਲ ਹੀ ਗੁਜ਼ਾਰਾ ਕਰਦੇ। ਯਾਰ ਚਿਕਨ ਖਾਣ 'ਚ ਤੇ ਮੈਨੂੰ ਕੋਈ ਮਸਲਾ ਨਹੀਂ ਹੁੰਦਾ ਲੇਕਿਨ ਪਕਾਉਣ ਲੱਗਿਆ ਪਤਾ ਨਹੀਂ ਮੇਰੇ ਕੋਲੋਂ ਕਿਉਂ ਸੜ ਜਾਂਦਾ। ਲੇਕਿਨ ਅੱਜ ਬੀਫ ਔਰ ਮਟਨ ਨਾ ਮਿਲਣ ਦੀ ਵਜ੍ਹਾ ਤੁਹਾਡਾ ਭਰਾ ਇੱਕ ਦਫਾ ਫੇਰ ਚਿਕਨ ਵਾਲਾ ਰਿਸਕ ਲਏਗਾ। ਅਸੀਂ ਗੱਡੀ 'ਚੋਂ ਸਾਰਾ ਸਮਾਨ ਚੁੱਕਿਆ ਔਰ ਆਪਣੇ ਫਲੈਟ ਤੇ ਲੈ ਗਏ ਔਰ ਉੱਪਰ ਜਾ ਕੇ ਅਸੀਂ ਇੱਕ ਦਫਾ ਫੇਰ ਟਮਾਟਰ ਪਿਆਜ਼ ਕੇਲੇ ਅਦਰਕ ਲਸਣ ਔਰ ਮਸਾਲੇ ਪੂਰੇ ਕੀਤੇ। ਇੰਨੇ ਸਾਰੇ ਮਸਾਲੇ ਦੇਖ ਕੇ ਤੁਸੀਂ ਸੋਚ ਰਹੇ ਹੋਗੇ ਕਿ ਸ਼ਾਇਦ ਅੱਜ ਇੱਥੇ ਦੇਗ ਬਣਨ, ਲੇਕਿਨ ਐਸਾ ਬਿਲਕੁਲ ਨਹੀਂ ਆ। ਸ਼ੇਖ ਸਾਹਿਬ ਪਿਆਜ਼ ਕੱਟ ਰਹੇ ਨੇ। ਖੈਰ ਸ਼ੇਖ ਸਾਹਿਬ ਦੇ ਪਿਆਜ਼ ਔਰ ਤੁਹਾਡੇ ਭਰਾ ਦੇ ਹਿੱਸੇ 'ਚ ਟਮਾਟਰ, ਕਿਉਂਕਿ ਮੈਂ 2-3 ਮਿੰਟ ਦੇ ਵਿੱਚ ਹੀ ਕੱਟ ਕੇ ਆਪਣਾ ਅਗਲਾ ਕੰਮ ਸ਼ੁਰੂ ਕਰ ਦਿੱਤਾ ਔਰ ਹੈਲਦੀ ਫੂਡ ਬਣਾਉਣ ਲਈ ਸਾਰੇ ਦਾ ਸਾਰਾ ਪੈਕਟ ਕੜਾਈ 'ਚ ਉਲਟਾ ਦਿੱਤਾ। ਮੈਂ ਆਪਣੀ ਜ਼ਿੰਦਗੀ 'ਚ ਜਦੋਂ ਵੀ ਕੋਈ ਚੀਜ਼ ਬਣਾਈ ਆ 90% ਚਾਂਸ ਹੁੰਦੇ ਆ ਕਿ ਉਹ ਸੜ ਜਾਏਗੀ, ਲੇਕਿਨ ਅੱਜ ਇਹ ਮੈਂ ਸੜਨ ਨਹੀਂ ਦੇਣੀ। ਠੀਕ ਹੈ ਸ਼ੇਖ ਸਾਹਿਬ? ਇਨਸ਼ਾਅੱਲਾ ਇਨਸ਼ਾਅੱਲਾ। ਹੈਲੋ, ਉਹ ਮੇਰੀ ਰੋਟੀ ਨਾ ਬਣਾਉਣਾ ਅੱਜ। ਖੈਰ ਜਿਹੜਾ ਖੁੱਲੇ ਦਿਲ ਨਾਲ ਤੁਹਾਡੇ ਭਰਾ ਨੇ ਵਿੱਚ ਆਇਲ ਪਾਇਆ, ਚਿਕਨ ਫਰਾਈ ਹੋਣ ਤੋਂ ਬਾਅਦ ਹੁਣ ਉਹ ਕੱਢਣ ਦਾ ਟਾਈਮ ਆ, ਆਇਲ ਕੱਢ ਕੇ ਤੁਹਾਡੇ ਭਰਾ ਨੇ ਟਮਾਟਰ ਪਾਣੇ ਸ਼ੁਰੂ ਕਰ, ਕਿਉਂਕਿ ਅਸੀਂ ਸ਼ਨਵਾਰੀ ਕੜਾਈ ਬਣਾ ਰਹੇ। ਇਸ ਗੱਲ ਦਾ ਸਾਨੂੰ ਬਾਅਦ ਚੋਂ ਪਤਾ ਲੱਗਿਆ ਕਿ ਇਹਦੇ 'ਚ ਪਿਆਜ਼ ਨਹੀਂ ਪੈਂਦੇ ਔਰ ਟਮਾਟਰ ਪਾਉਣ ਤੋਂ ਬਾਅਦ ਅੱਲਾ ਦਾ ਨਾਂ ਲੈ ਕੇ ਜਿੰਨੇ ਵੀ ਸਾਡੇ ਕੋਲ ਮਸਾਲੇ ਸੀ ਤੁਹਾਡੇ ਭਰਾ ਨੇ ਸਾਰੇ ਪਾ ਦਿੱਤੇ। ਕਾਲੀ ਕਿਉਂ ਹੋਈ ਜਾਂਦੀ ਹੈ ਯਾਰ? ਇਹ ਹੁੰਦੀ ਕਾਲੇ ਰੰਗ ਦੀ ਹੁੰਦੀ। ਨਹੀਂ ਉਹ ਚਵਲਾ ਉਹ ਸਰੀ ਜਾਂਦੀ ਹੈ। ਨਹੀਂ ਨਹੀਂ ਇਹਦਾ ਰੰਗ ਹੀ ਇਹ ਹੁੰਦਾ। ਨਹੀਂ ਉਹ ਸਰਦੀ ਪਈ ਹੈ ਸ਼ਾਹ, ਉਹ ਬਸ ਕਰ। ਸਿਆਣੇ ਕਹਿੰਦੇ ਕਿ ਹਰ ਚਮਕਦੀ ਹੋਈ ਚੀਜ਼ ਸੋਨਾ ਨਹੀਂ ਹੋ, ਬਿਲਕੁਲ ਇਸੇ ਤਰ੍ਹਾਂ ਤੁਸੀਂ ਸਿਆਣਿਆਂ ਦੀ ਗੱਲ ਮੰਨਣੀ, ਇਸ ਕੜਾਈ ਦੇ ਰੰਗ ਤੇ ਨਹੀਂ ਜਾਣਾ। ਬਿਸਮਿਲ੍ਲਾ, ਵਾਓ ਤੇ ਕਰੋ, ਵਾਓ ਨਹੀਂ ਕਰਨਾ ਵਾਓ। ਖੈਰ ਤੁਹਾਡੇ ਭਰਾ ਨੇ ਕੜਾਈ ਕਿਸ ਤਰ੍ਹਾਂ ਦੀ ਬਣਾਈ, ਮੈਂ ਆਪਣੇ ਮੂੰਹ ਤੋਂ ਆਪਣੀ ਤਾਰੀਫ ਨਹੀਂ ਕਰਨਾ ਚਾਹੁੰਦਾ, ਟੇਸਟ ਕਿਸ ਤਰ੍ਹਾਂ ਦਾ ਸੀ ਮੇਰੇ ਦੋਸਤ ਦੱਸਣਗੇ। ਤਾਰੀਫ ਕਰ, ਤਾਰੀਫ ਕਰ। ਇੰਨਾ ਟੇਸਟੀ ਲੱਗਦਾ ਹੀ ਨਹੀਂ ਪਿਆ ਚਿਕਨ। ਬਹੁਤ ਅੱਛਾ ਬਣਾਇਆ ਮੈਨੇ ਧੂੜ ਪੱਟ ਦੀ ਆ। ਤੂੰ ਤਾਰੀਫ ਕਰ, ਮੈਨੂੰ ਯਾ ਬੀਫ ਲੱਗ ਰਿਹਾ। ਨਹੀਂ ਤਾਰੀਫ ਕਰਨਾ, ਬਹੁਤ ਅੱਛਾ ਬਣਾਇਆ, ਕਸਮ ਸੇ ਬਹੁਤ ਅੱਛਾ ਬਣਾਇਆ। ਅੱਛਾ ਜੀ, ਆਪਕੋ ਦੇਖਨੇ ਮੇਂ ਕੁਛ ਕਾਲਾ ਕਾਲਾ ਲੱਗ ਰਿਹਾ ਹੈ। ਹਾਲਾਂਕਿ ਇਹ ਬਹੁਤ ਅੱਛਾ ਬਣਿਆ ਲੇਕਿਨ ਫਿਰ ਵੀ ਪਤਾ ਨਹੀਂ ਕਿਉਂ ਮੇਰਾ ਖਾਣ ਨੂੰ ਦਿਲ ਨਹੀਂ ਸੀ ਕਰ ਰਿਹਾ। ਔਰ ਸ਼ੇਖ ਸਾਹਿਬ ਆਖਰੀ ਨਵਾਲੇ ਤੱਕ ਜਦੋ ਜਹਿਦ ਕਰਦੇ, ਕਿਉਂਕਿ ਉਹਨਾਂ ਘਰ ਫੋਨ ਕਰਕੇ ਕਿਹਾ ਹੋਇਆ ਸੀ ਮੇਰੀ ਰੋਟੀ ਨਾ ਬਣਾਉਣਾ ਅੱਜ। ਚੰਗਾ, ਬਸ ਕਰ, ਕਰਾ ਦਾ ਵਾਸਤੇ, ਬਸ ਕਰ। ਚਲੋ ਹੁਣ ਭਾਂਡੇ ਧੋਈਏ। ਖੈਰ ਸਾਡਾ ਅੱਜ ਦਾ ਵਲੌਗ ਤੁਹਾਨੂੰ ਕੈਸਾ ਲੱਗਾ ਕਮੈਂਟ 'ਚ ਲਾਜ਼ਮੀ ਦੱਸੋ। ਅਗਰ ਫੋਲੋ ਨਹੀਂ ਕੀਤਾ ਹੋਇਆ ਫੋਲੋ ਕਰ, ਵੀਡੀਓ ਨੂੰ ਲਾਈਕ ਕਰ। ਆਪਣੇ ਭਰਾ ਰਜ਼ਾ ਹੈਦਰ ਨੂੰ ਇਜਾਜ਼ਤ, ਇਨਸ਼ਾਅੱਲਾ।